जी कहते सेम ही अपन चुके सेम ही है वही टाइम करा रहे हैं सेम ही है। हाँ देख लो आप क्यों भैया ईद मुबारक। ईद मुबारक। हाँ ये बोल रहा हूँ हेलो जी थोड़ा स्वागत है अपने एक होर नवे ब्लॉग के कैसे हो सारे इंज करके वधिया होंगे स्टेफी कहना मैनू फड़ा दे फिर पोल्यूशन करी जाना नारियल भी चाके पाओ नारियल देख ला बिच निकले खोपा बिच खोपा निकले ते लो जी कहने हम रेडी शेडी हो चुके हैं नवे कपड़े पाड़ी यार शर्ट पाड़ी थोड़ी मैं करता थोड़ी जी खुली करवानी पी मूँह फिटिंग सही है दिखाए हो जाते खुली थोड़ी सही रही है कंफर्टेबल रही है गर्मियों वाली तुम करूँ बाहों वाली पीने करती हूँ मैं इन्नी इन्नी गई सी हूँ इन्नी इन्नी अंदर कर चलो चलिए देखो मौसम तो टाइम 8:30 होने वाले है 9 बजे नमाज होगी बस जाने भी लग जाएंगे 15-20 मिनट तो पहले तो सारे ईद मुबारक की कहनी हम ओए आप चलिए चाबी तो लिया बैग टांगे किधर आना कम करने आता है जी नंबर चलो पीछे तो आई थी अदर पीछे तो आई थी फिर जैसे नमाज पढ़ते हैं वैसे नमाज होगी सलाम होगा सलाम
फिरने के बाद खुतबा होगा खामोशी के साथ। आप ये भूत होगी तू जाया जगह नहीं करना भाई, राम से ईद मिलो, राम से, राम से। चाकी हथी लिया ते लो जी कहते घर आ चुके हैं। आ देख लो हां ए ओ माना खड़ जा पौने ते घर आ चुके हैं। माड़ा हाल हो मदरबोर्ड खराब हो गया था, 5000 का खर्चा बैठूगा, पर 15 ने लैके आना सी नवा तो हम थोड़ा बीमार हो गया। दो तीन दिन ठहर के चला गए, फिर वो कहते घर से कहते भी चल सानू दे दी। बस ये फोन मैं कल तां लेके सी, मैं यार व्लॉग पा देंगे पर ये चल नहीं है, चल पे थोड़ा जहा फिर बंद हो जाता। बस मैं डैडी पुछता फिर तुम मिलता। चलो जी कहते थोड़ी लगी परमिशन मिल गई चलिए। अरे काली पेंट की दर्ज नख्या दखना वी गई चलो उठे जाके मिलते हैं हम तुम शर्ट कमेंट करके दसो कैसे जी है अज यार थोड़ी जी भीड़ी उसका सही है बाहों तो बड़ी हुई खुलिया करा ल ਬਾਈ ਜੀ ਇੰਨਾ ਕੈਸ਼ ਨਾ ਤੁਸੀਂ ਫੋਨ ਲੈਣ ਆਇਆ ਕਿ ਫੋਨ ਵੇਚ ਦਿਓ ਓਏ ਰੋਦਾ ਮੈਨੂੰ ਪਤਾ ਰੋਦਾ ਠੀਕ ਹੋਣਾ ਨਹੀਂ ਸੀ ਭਰਾਵਾ ਚੱਲ ਬਾਬਾ ਮੁਬਾਰਕਾਂ ਫਿਰ ਵੀ ਹੈਂ ਮੈਂ ਬਾਬਾ ਮੁਬਾਰਕਾਂ
ले दही सेमेट्री पाई है फिर से हम बाबा मुबारक भाई पार्टी पार्टी कर दें चल लेंगे शाम शाम चल चल ठीक है लो जी कहते हूँ टाइम हो चुका है 7:30 बस घर आके उस बाद घर आ गए ढाई दो बजे फिर वो काम लग गए थे कि कहने होंगे अपने भूल गए तो कर लग गए थे डाटा ट्रांसफर कर लग गए थे घर आ गए तो उस बाद बस सौ गए साढ़े पाँच बजे उठे जी ਮੈਨੂੰ ਉੱਠਣ ਲੱਗਿਆ ਯਾਰ ਚੱਲ ਕਦਮ ਬਸ ਦੀ ਵਾਲੀ ਪੀ ਡੀ ਏ ਕੁਛ ਕਦਾ ਖੋਲ ਦਿੱਤੀ ਮੈਨੂੰ ਆਇਆ ਦਾਗ ਜਿਹਾ ਉਹ ਨਾ ਦਿਸਣ ਬਸ ਮੈਨੂੰ ਕਿਤੇ ਬਾਅਦ 'ਚ ਪੈੜੀ ਲੱਗਿਆ ਕਰੇ ਬਾਲੀ ਉਹ ਯਾਰ ਬਾਲੀ ਜੈਟ ਕਰਦੇ ਹੁੰਦੇ ਥੋੜ੍ਹੀ ਥੋੜ੍ਹੀ ਕਰਦੇ ਹੁੰਦੇ ਕੋਈ ਨਹੀਂ ਸੈੱਟ ਕਰਾ ਲਿਆ ਮੈਂ ਬਿਜੀ ਘਰ ਜਾ ਕੇ ਅਤੇ ਚਲੋ ਫਿਰ ਕਰਦੇ ਹਾਂ ਕੋਈ ਹੋਰ ਖਾਣ ਚੰਦਾ ਉਹਦਾ ਪੈਰ ਬੜੇ ਦੁੱਖੀ ਜਾਂਦੇ ਆ ਬਹੁਤ ਦਿਨ ਹੋ ਗਏ ਵਲੌਗ ਵੀ ਨਹੀਂ ਪਾਇਆ ਉਹ ਤਾਂ ਨਹੀਂ ਪਾਇਆ ਹੁਣ ਕੱਲ੍ਹ ਨੂੰ ਬਣਾਉਣੇ ਕੱਲ੍ਹ ਨੂੰ ਵਲੌਗ ਪਾਉਣ ਲੱਗ ਗਿਆ ਫੋਨ ਹੀ ਤੁਹਾਨੂੰ ਦੱਸਿਆ ਜਾਏਗਾ ਕਿ ਮੈਂ ਖਰਾਬ ਹੋ ਗਿਆ ਡਾਟਾ ਟ੍ਰਾਂਸਫਰ ਕਰਨ ਲੱਗੇ ਉਦੋਂ ਖੜ ਗਿਆ ਅੱਧਾ ਹੋ ਗਿਆ ਅੱਧਾ ਹੋਇਆ ਜਦੋਂ ਚੱਲਿਆ ਉਹਦੇ ਕਰਨ ਲਓ ਜੀ ਕਹਿੰਦੇ ਮਿੱਤਰੋ ਵਾਲਿਆ ਖਾਣੇ ਦੀ ਲੜ ਵੱਜਦੀ ਆ ਇੰਨੇ ਆ ਬਸ ਨੂੰ ਜਾ ਕੇ ਅਤੇ ਈਦ ਮੁਬਾਰਕ ਸਾਰਿਆਂ ਨੂੰ ਪੂਰੀ ਵਾਰ ਰਾਤ ਨੂੰ ਮਜ਼ਾਕ ਕਰਦਾ ਅਤੇ ਉਮੀਦ ਕਰਦੇ ਵਧੀਆ ਹੋਣਗੇ ਸਾਰੇ ਹੈਂ ਮੈਂ ਵਲੌਗ ਸ਼ੁਰੂ ਕਰਦਾ ਪੂਰੀ ਵਾਰ ਹੁਣ ਠੀਕ ਆ ਅਤੇ ਇਹ ਸੀ ਅੱਜ ਦਾ ਆਪਣਾ ਵਲੌਗ ਅਤੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਕਰਦੇ ਹੋਏ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਸ ਯਾਰ ਥੱਕੇ ਪਏ ਆ ਮਤਲਬ ਪੈਰ ਬੋਲ ਨਿਕਲਿਆ ਇੱਕ ਪਾਸੇ ਵਾਲਾ ਕੱਲ੍ਹ ਨੂੰ ਸੈੱਟ ਬੈਠੂਗਾ ਅਤੇ ਕੱਲ੍ਹ ਨੂੰ ਚਲੋ ਮਿਲਦੇ ਹਾਂ ਫੋਟੋ ਨੂੰ ਕੱਲ੍ਹ ਨੂੰ ਅਗਲੇ ਵਲੌਗ 'ਚ ਅਤੇ ਆਪਾਂ ਸ਼ਨੀ ਨੂੰ 11 ਤੋਂ ਵਗ ਲਿਆਏ ਸੀ ਅਤੇ 15 ਨੂੰ ਅੱਜ ਵਗ ਲਿਆਵਾਂਗੇ 15 ਅਤੇ ਉਹ ਵੀ ਤੁਸੀਂ ਦੇਖਿਓ 15 ਦਾ ਸ਼ੂਟ ਕਰਾਂਗੇ ਫਿਰ ਮੈਂ 11 ਦਾ ਸ਼ੂਟ ਨਹੀਂ ਕੀਤਾ 11 ਦਾ ਸ਼ੂਟ ਆਪਾਂ ਕੱਲ੍ਹ ਨੂੰ ਕਰਾਂਗੇ ਉਹ ਪਤਾ ਕੀ ਹੈ ਫਿਰ ਯਾਰ ਜਦੋਂ ਏਜ 'ਚ ਪਾਉਂਦੇ ਹਾਂ ਫਿਰ ਮੈਨੂੰ 11 ਦੇ ਵਿੱਚ ਬੀਟਿੰਗ ਕਰਨੀ ਪਊ ਫਿਰ ਮੈਂ ਇੱਕ ਅੱਧਾ ਦਿਨ ਠਹਿਰ ਕੇ ਫਿਰ ਮੈਂ ਸਾਰਾ ਵਲੌਗ ਉਹਦੇ ਵਿੱਚ ਬਣਾ ਲੂੰਗਾ ਫਿਰ ਉਹ ਕਰ ਲਾਂਗਾ ਮੈਂ ਜਦੋਂ 15 ਲੈ ਕੇ ਆਉਣਾ ਤਾਂ ਉਹਦੇ ਸਾਰਾ ਵਲੌਗ ਉਹ 'ਚ ਬਣਾਊਂਗਾ ਮੈਂ ਐਡਿਟ ਹੋ ਜੂਗਾ ਉਹ ਫਿਰ 5G ਆ ਜੂਗਾ ਨਾ ਸੈੱਟ 5G ਨਾਲ ਸੌਖਾ ਹੋ ਜੂਗਾ ਕੰਮ ਥੋੜ੍ਹਾ ਜਿਹਾ 4G ਆ ਜਾਏਗਾ ਆਪਣਾ ਯਾਰ ਪਹਿਲਾਂ ਵੀ ਸਹੀ ਜਾਂਦਾ ਸੀਗਾ ਮੈਂ ਤਾਂ ਅਜੇ ਐਕਸ ਕਹਿਣਾ ਖਰਾਬ ਹੁੰਦਾ ਫਿਰ ਤਾਂ ਲੋੜ ਹੀ ਨਹੀਂ ਸੀ ਫਿਰ ਸਿੱਧੀ 15 ਪ੍ਰੋ ਲੈ ਕੇ ਆਉਂਦਾ ਸੀ ਉਹ ਤੁਹਾਨੂੰ ਦਿਖਾਵਾਂਗੇ ਕਿਤੇ ਅਸੀਂ ਗਏ ਉਹ ਵੀ ਬਸ ਮੌਕਾ ਛੇਤੀ ਆਉਣ ਵਾਲਾ ਤੁਸੀਂ ਜੁੜੇ ਰਹੋ ਵਲੌਗ ਦੇ ਵਿੱਚ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਟਿਲ ਦੈਨ ਗੁੱਡ ਬਾਏ ਗੁੱਡ ਨਾਈਟ ਟਾਟਾ ਬਾਏ ਬਾਏ ਸਮਾਂ ਮੈਂ ਹੀ ਗਿਆ ਤਾਂ ਪਿਆ ਹਜੇ ਪੈ ਗਿਆ ਡੇਟਿੰਗ ਕਰਾਉਣੀ ਚਾਰਜਰ ਮੇਰੇ ਕੋਲ ਆ ਬਸ ਚਾਰਜਰ ਹੋ ਸਾਥ ਤੋ ਡਰਨੇ ਕੀ ਕਿਆ ਬਾਤ ਟਾਟਾ ਬਾਏ ਬਾਏ।